ਮੈਂ ਸਪਰੇਅ ਦੀ ਡਰੰਮੀ ਭਰਨ ਲੱਗ ਪਾਤਾ ਸੀ ਅਤੇ ਅਚਾਨਕ ਕੁਦਰਤੀ ਪੈਰ ਦੇ ਉੱਤੇ ਸੱਪ ਦੇ ਪੈਰ ਧਰਿਆ ਗਿਆ, ਉਹ ਸੱਪ ਲੜ ਗਿਆ ਅਤੇ ਬਾਅਦ 'ਚ ਜੋ ਮੈਂ ਪੈਰ ਚੱਕਿਆ ਸੱਪ ਮਰ ਗਿਆ, ਮੈਂ ਠੀਕ ਹੈ। ਅਬੋਹਰ ਦੇ ਪਿੰਡ ਬੁਰਜਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ। ਤੁਸੀਂ ਸੁਣਿਆ ਹੋਵੇਗਾ ਕਿ ਸੱਪ ਦੇ ਡਸਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਜੀ ਹਾਂ, ਸੱਪ ਦੇ ਡਸਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ ਸੱਪ ਬਚ ਜਾਂਦਾ। ਪਰ ਅਜਿਹਾ ਹੀ ਇੱਕ ਹੈਰਾਨੀਜਨਕ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਜਦੋਂ ਇੱਕ ਕਿਸਾਨ ਆਪਣੇ ਖੇਤ ਵਿੱਚ ਸਪਰੇਅ ਕਰ ਰਿਹਾ ਸੀ ਤਾਂ ਅਚਾਨਕ ਉਸਦੇ ਪੈਰਾਂ ਹੇਠ ਸੱਪ ਆ ਗਿਆ ਅਤੇ ਸੱਪ ਨੇ ਉਸਨੂੰ ਡੰਗ ਲਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸਾਨ ਨੂੰ ਥੋੜ੍ਹੀ ਜਿਹੀ ਘਬਰਾਹਟ ਹੋਈ, ਪਰ ਸੱਪ ਜਦੋਂ ਡੰਗ ਕੇ ਅੱਗੇ ਤੁਰਨ ਤੋਂ ਬਾਅਦ ਹੀ ਉਸਦੀ ਮੌਤ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਨਾਲ ਹੀ ਮ੍ਰਿਤਕ ਸੱਪ ਨੂੰ ਬੋਤਲ 'ਚ ਪਾ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਆ ਗਏ, ਜਿੱਥੇ ਕਿਸਾਨ ਦਾ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ। ਮੇਰੋ ਸ਼ੰਕਰ ਲਾਲ, ਕਿੱਥੋਂ ਦਾ ਵਾਸੀ ਹੋ? ਗਾਮ ਬੁਰਜ ਮਵਾਰ। ਅੱਛਾ, ਕੀ ਗੱਲਬਾਤ ਕੀ ਹੋਈ? ਅਲਕਾ ਬੱਲੂਆੜੋਂ ਖੜ ਜਾ। ਮੈਂ ਸਪਰੇਅ ਦੀ ਡਰੰਮੀ ਭਰਨ ਲੱਗ ਪਾਤਾ ਸੀ ਅਤੇ ਅਚਾਨਕ ਕੁਦਰਤੀ ਪੈਰ ਦੇ ਉੱਤੇ ਸੱਪ ਦੇ ਪੈਰ ਧਰਿਆ ਗਿਆ, ਠੀਕ ਹੈ, ਅਤੇ ਉਹ ਸੱਪ ਲੜ ਗਿਆ ਅਤੇ ਬਾਅਦ 'ਚ ਜੋ ਮੈਂ ਪੈਰ ਚੱਕਿਆ ਅਤੇ ਨਿਕਲ ਕੇ ਬਾਹਰ ਜਾ ਕੇ ਅਤੇ ਲੰਮਾ ਪੈ ਗਿਆ, ਉਹਨੂੰ ਚੱਕ ਕੇ ਅਸੀਂ ਬੋਤਲ 'ਚ ਪਾ ਲਿਆ ਅਤੇ ਸੱਪ ਮਰ ਗਿਆ, ਮੈਂ ਠੀਕ ਹੈ। ਤੇ ਫਿਰ ਵਰਤੀ ਕਿੱਥੇ ਕਰਾਇਆ ਤੁਹਾਨੂੰ? ਵਰਤੀ ਸਰਕਾਰੀ। ਠੀਕ ਹੋਣ? ਹਾਂ ਠੀਕ। ਮੈਂ ਸਪਰੇਅ ਦੀ ਡਰੰਮੀ ਭਰਨ ਲੱਗ ਪਾਤਾ ਸੀ ਅਤੇ ਅਚਾਨਕ ਕੁਦਰਤੀ ਪੈਰ ਦੇ ਉੱਤੇ ਸੱਪ ਦੇ ਪੈਰ ਧਰਿਆ ਗਿਆ, ਉਹ ਸੱਪ ਲੜ ਗਿਆ ਅਤੇ ਬਾਅਦ 'ਚ ਜੋ ਮੈਂ ਪੈਰ ਚੱਕਿਆ ਸੱਪ ਮਰ ਗਿਆ, ਮੈਂ ਠੀਕ ਹੈ। ਅਬੋਹਰ ਦੇ ਪਿੰਡ ਬੁਰਜਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ। ਤੁਸੀਂ ਸੁਣਿਆ ਹੋਵੇਗਾ ਕਿ ਸੱਪ ਦੇ ਡਸਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਜੀ ਹਾਂ, ਸੱਪ ਦੇ ਡਸਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ ਸੱਪ ਬਚ ਜਾਂਦਾ। ਪਰ ਅਜਿਹਾ ਹੀ ਇੱਕ ਹੈਰਾਨੀਜਨਕ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਜਦੋਂ ਇੱਕ ਕਿਸਾਨ ਆਪਣੇ ਖੇਤ ਵਿੱਚ ਸਪਰੇਅ ਕਰ ਰਿਹਾ ਸੀ ਤਾਂ ਅਚਾਨਕ ਉਸਦੇ ਪੈਰਾਂ ਹੇਠ ਸੱਪ ਆ ਗਿਆ ਅਤੇ ਸੱਪ ਨੇ ਉਸਨੂੰ ਡੰਗ ਲਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸਾਨ ਨੂੰ ਥੋੜ੍ਹੀ ਜਿਹੀ ਘਬਰਾਹਟ ਹੋਈ, ਪਰ ਸੱਪ ਜਦੋਂ ਡੰਗ ਕੇ ਅੱਗੇ ਤੁਰਨ ਤੋਂ ਬਾਅਦ ਹੀ ਉਸਦੀ ਮੌਤ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਨਾਲ ਹੀ ਮ੍ਰਿਤਕ ਸੱਪ ਨੂੰ ਬੋਤਲ 'ਚ ਪਾ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਆ ਗਏ, ਜਿੱਥੇ ਕਿਸਾਨ ਦਾ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ। ਮੇਰੋ ਸ਼ੰਕਰ ਲਾਲ, ਕਿੱਥੋਂ ਦਾ ਵਾਸੀ ਹੋ? ਗਾਮ ਬੁਰਜ ਮਵਾਰ। ਅੱਛਾ, ਕੀ ਗੱਲਬਾਤ ਕੀ ਹੋਈ? ਅਲਕਾ ਬੱਲੂਆੜੋਂ ਖੜ ਜਾ। ਮੈਂ ਸਪਰੇਅ ਦੀ ਡਰੰਮੀ ਭਰਨ ਲੱਗ ਪਾਤਾ ਸੀ ਅਤੇ ਅਚਾਨਕ ਕੁਦਰਤੀ ਪੈਰ ਦੇ ਉੱਤੇ ਸੱਪ ਦੇ ਪੈਰ ਧਰਿਆ ਗਿਆ, ਠੀਕ ਹੈ, ਅਤੇ ਉਹ ਸੱਪ ਲੜ ਗਿਆ ਅਤੇ ਬਾਅਦ 'ਚ ਜੋ ਮੈਂ ਪੈਰ ਚੱਕਿਆ ਅਤੇ ਨਿਕਲ ਕੇ ਬਾਹਰ ਜਾ ਕੇ ਅਤੇ ਲੰਮਾ ਪੈ ਗਿਆ, ਉਹਨੂੰ ਚੱਕ ਕੇ ਅਸੀਂ ਬੋਤਲ 'ਚ ਪਾ ਲਿਆ ਅਤੇ ਸੱਪ ਮਰ ਗਿਆ, ਮੈਂ ਠੀਕ ਹੈ। ਤੇ ਫਿਰ ਵਰਤੀ ਕਿੱਥੇ ਕਰਾਇਆ ਤੁਹਾਨੂੰ? ਵਰਤੀ ਸਰਕਾਰੀ। ਠੀਕ ਹੋਣ? ਹਾਂ ਹਾਂ ਠੀਕ। ਮੈਂ ਸਪਰੇਅ ਦੀ ਡਰੰਮੀ ਭਰਨ ਲੱਗ ਪਾਤਾ ਸੀ ਅਤੇ ਅਚਾਨਕ ਕੁਦਰਤੀ ਪੈਰ ਦੇ ਉੱਤੇ ਸੱਪ ਦੇ ਪੈਰ ਧਰਿਆ ਗਿਆ, ਉਹ ਸੱਪ ਲੜ ਗਿਆ ਅਤੇ ਬਾਅਦ 'ਚ ਜੋ ਮੈਂ ਪੈਰ ਚੱਕਿਆ ਸੱਪ ਮਰ ਗਿਆ, ਮੈਂ ਠੀਕ ਹੈ।
ਅਬੋਹਰ ਦੇ ਪਿੰਡ ਬੁਰਜਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ। ਤੁਸੀਂ ਸੁਣਿਆ ਹੋਵੇਗਾ ਕਿ ਸੱਪ ਦੇ ਡਸਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਜੀ ਹਾਂ, ਸੱਪ ਦੇ ਡਸਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ ਸੱਪ ਬਚ ਜਾਂਦਾ। ਪਰ ਅਜਿਹਾ ਹੀ ਇੱਕ ਹੈਰਾਨੀਜਨਕ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਜਦੋਂ ਇੱਕ ਕਿਸਾਨ ਆਪਣੇ ਖੇਤ ਵਿੱਚ ਸਪਰੇਅ ਕਰ ਰਿਹਾ ਸੀ ਤਾਂ ਅਚਾਨਕ ਉਸਦੇ ਪੈਰਾਂ ਹੇਠ ਸੱਪ ਆ ਗਿਆ ਅਤੇ ਸੱਪ ਨੇ ਉਸਨੂੰ ਡੰਗ ਲਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸਾਨ ਨੂੰ ਥੋੜ੍ਹੀ ਜਿਹੀ ਘਬਰਾਹਟ ਹੋਈ, ਪਰ ਸੱਪ ਜਦੋਂ ਡੰਗ ਕੇ ਅੱਗੇ ਤੁਰਨ ਤੋਂ ਬਾਅਦ ਹੀ ਉਸਦੀ ਮੌਤ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਨਾਲ ਹੀ ਮ੍ਰਿਤਕ ਸੱਪ ਨੂੰ ਬੋਤਲ 'ਚ ਪਾ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਆ ਗਏ, ਜਿੱਥੇ ਕਿਸਾਨ ਦਾ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ। ਮੇਰੋ ਸ਼ੰਕਰ ਲਾਲ। ਕਿੱਥੋਂ ਦਵਾਸੀ ਹੋ? ਗਾਮ ਬੁਰਜ ਮੁਬਾਰ। ਅੱਛਾ, ਕੀ ਗੱਲਬਾਤ? ਹਲਕਾ ਬੱਲੂਆ ਡੋਂ ਖੜਜਾ। ਮੈਂ ਸਪਰੇਅ ਦੀ ਡਰੰਮੀ ਭਰਦਾ ਸੀ ਅਤੇ ਅਚਾਨਕ ਕੁਦਰਤੀ ਪੈਰ ਦੇ ਉੱਤੇ ਸੱਪ ਦੇ ਪੈਰ ਧਰਿਆ ਗਿਆ। ਠੀਕ ਹੈ, ਅਤੇ ਉਹ ਸੱਪ ਲੜ ਗਿਆ ਅਤੇ ਬਾਅਦ 'ਚ ਉਹ ਮੈਂ ਪੈਰ ਚੱਕਿਆ ਅਤੇ ਨਿਕਲ ਕੇ ਬਾਹਰ ਜਾ ਕੇ ਅਤੇ ਲੰਮਾ ਪੈ ਗਿਆ। ਉਹਨੂੰ ਚੱਕ ਕੇ ਅਸੀਂ ਬੋਤਲ 'ਚ ਪਾ ਲਿਆ ਅਤੇ ਸੱਪ ਮਰ ਗਿਆ, ਮੈਂ ਠੀਕ ਹੈ। ਅਤੇ ਫਿਰ ਬਰਤੀ ਕਿੱਥੇ ਕਰਾਇਆ ਤੁਹਾਨੂੰ? ਬਰਤੀ ਸਰਕਾਰੀ। ਠੀਕ ਹੋਣ? ਹਾਂ ਹਾਂ, ਠੀਕ।